ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਗੋਡ ਫਾਰਮ ਹੈ ਉਹ ਫੇਲ ਕਿਉਂ ਹੋ ਰਹੇ ਆ, ਫੇਲ ਹੋਣ ਦਾ ਕੀ ਜਿਹੜਾ ਮੁੱਖ ਕਾਰਨ ਹੈ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ, ਨਾਲ ਹੀ ਉਹਦਾ ਬੈੱਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦਾ ਹਰ ਇੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ। ਆਓ ਦੋਸਤੋ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ। ਸਰ ਕਿੱਥੋਂ ਤੁਸੀਂ ਪਹੁੰਚੇ ਹੋ? ਸਾਡਾ ਪਿੰਡ ਹੈਗਾ ਫਲੇੜਾ ਜੀ, ਡਿਸਟ੍ਰਿਕਟ ਸੰਗਰੂਰ, ਪੰਜਾਬ ਦੇ ਵਿੱਚ ਜੀ। ਸਰ ਕਾਫੀ ਸਾਰੀ ਭੀੜ ਮੈਂ ਜਾਨਵਰਾਂ ਦੀ ਤੁਹਾਡੇ ਜਿਹੜਾ ਇਸ ਕਾਊਂਟਰ 'ਚ ਦੇਖ ਰਿਹਾ ਹੈਗਾ, ਅਤੇ ਹੁਣ ਤੱਕ ਤੁਸੀਂ ਕਿੰਨੇ ਜਾਨਵਰ ਜਿਹੜੇ ਮੰਡੀ 'ਤੇ ਲੈ ਕੇ ਆਏ ਸੀਗੇ? ਅਸੀਂ ਤਕਰੀਬਨ 55 ਕੁ ਨਗ ਲੈ ਕੇ ਆਏ ਸੀ ਜੀ। 55 ਨਗ ਲੈ ਕੇ ਆਏ ਸੀਗੇ? ਹਾਂਜੀ। ਠੀਕ ਹੈ ਜੀ। ਤੇ ਕੁਛ ਸੇਲ ਵੀ ਕੀਤਾ ਤੁਸੀਂ ਹੁਣ? ਸੇਲ 10 ਕੁ ਨਗ ਸੇਲ ਕਰਤੇ ਜੀ। 10 ਨਗ ਸੇਲ ਕਰਤੇ, ਤਕਰੀਬਨ 3 ਵਜੇ ਦੇ ਆਸ ਪਾਸ ਹੁਣ ਟਾਈਮ ਹੋਇਆ ਹਜੇ, ਇਸ ਤੋਂ ਬਾਅਦ ਹੀ ਸੌਦੇ ਜਿਹੜੇ ਸ਼ੁਰੂ ਹੋਣੇ ਹੈਗੇ। ਸਰ ਤੁਸੀਂ ਆਪਣੇ ਜਾਨਵਰ ਦਿਖਾਓ, ਪਹਿਲਾਂ ਜਿਹੜੇ ਘੱਟ ਰੇਟ ਵਾਲੇ ਜਾਨਵਰ ਆ ਉਹ ਦਿਖਾਓ ਸਾਨੂੰ, ਤੇ ਉਹਨਾਂ ਦਾ ਰੇਟ ਵੀ ਦੱਸੋ। ਸਰ ਘੱਟ ਰੇਟ ਵਾਲੀ ਨਹੀਂ ਆਪਣੇ ਕੋਲ, ਜ਼ਿਆਦਾ ਘੱਟ ਰੇਟ ਵਾਲੀ ਲੈ ਕੇ ਆਏ, ਬਾਕੀ ਤਾਂ ਫਾਰਮ ਤੇ ਹੈਗੇ ਜੀ। ਇਹਦਾ ਕੀ ਮੰਗਦੇ ਹੋ ਜੀ ਤੁਸੀਂ? 6000 ਰੁਪਿਆ ਜੀ। 6000 ਰੁਪਿਆ? ਤੇ ਉਹ ਕਾਲੀ ਜਿਹੜੀ ਬੱਕਰੀ ਦੇਖ ਰਹੇ ਆ ਅਸੀਂ ਇਹਦਾ ਜੀ, ਇਹ 13000 ਰੁਪਿਆ ਜੀ। ਇਹ ਗੱਭਣਾ ਜੀ ਆ ਖਾਲੀ ਆ? ਗੱਭਣਾ ਜੀ, 2 ਮਹੀਨੇ ਦੀ। ਠੀਕ ਹੈ ਜੀ। ਤੇ ਇੱਕ ਆ ਵੱਡਾ ਸਾਰਾ ਬੋਕ ਵੀ ਅਸੀਂ ਤੁਹਾਡੇ ਕੋਲੇ ਦੇਖ ਰਹੇ ਹਾਂਗੇ, ਇਹ ਕਿਹੜੀ ਨਸਲ ਨਾਲ ਸੰਬੰਧਿਤ ਹੈ ਜੀ? ਇਹ ਮਵਾਤੀ ਹੈ ਜੀ। ਮਵਾਤੀ? ਹਾਂਜੀ ਹਾਂਜੀ। ਇਹ ਕਿਹੜੀ ਨਸਲ ਆ ਸਰ? ਇਹ ਰਾਜਸਥਾਨ ਦੀ ਨਸਲ ਹੈ ਜੀ, ਆਪਣੇ ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਮਿਲਦੀ ਹੈ ਜੀ। ਜ਼ਿਆਦਾਤਰ ਤਾਂ ਬੀਟਲ ਦਾ ਹੀ ਸ਼ੋਰ ਸ਼ਰਾਬਾ ਮੰਡੀ ਦੇ ਵਿੱਚ ਜ਼ਿਆਦਾ ਹੁੰਦਾ, ਤੇ ਤੁਸੀਂ ਇਹ ਨਸਲ ਖਰੀਦੀ ਆ ਜਾਂ ਘਰੇ ਤੁਸੀਂ ਤਿਆਰ ਕੀਤੀ ਸੀ? ਲੈ ਕੇ ਆਏ ਜੀ, ਰਾਜਸਥਾਨ 'ਚ ਲੈ ਕੇ ਆਏ ਸੀ। ਉੱਥੋਂ ਤੁਸੀਂ ਲੈ ਕੇ ਆਏ ਹੋ ਇੱਥੇ? ਤਕਰੀਬਨ ਸਾਡੇ ਕੋਲ ਵਰਾਇਟੀਆਂ ਹੈਗੀਆਂ ਸੀ, ਇਹ ਵਰਾਇਟੀ ਸਾਡੇ ਕੋਲ ਹੈ ਨਹੀਂ ਸੀ ਜੀ, ਕਿਉਂਕਿ ਫਾਰਮ ਹੋਣ ਦੇ ਨਾਲ ਤੇ ਸਾਡੇ ਕੋਲ ਸਾਰੀਆਂ ਵਰਾਇਟੀਆਂ ਚਾਹੀਦੀਆਂ ਜੀ। ਗਾਹ ਕਦੇ ਕੋਈ ਮੰਗਦਾ ਜੀ, ਕਦੇ ਕੋਈ ਮੰਗਦਾ, ਫਿਰ ਉਹ ਹਿਸਾਬ ਕਿਤਾਬ ਦੇ ਨਾਲ ਰੱਖਣੀ ਪੈਂਦੀ ਹਰ ਇੱਕ ਨਾਲ ਜੀ। ਅਸੀਂ ਵੀ ਦੇਖ ਰਹੇ ਹਾਂ ਵੀ ਕਾਫੀ ਸਾਰੀਆਂ ਵਰਾਇਟੀਆਂ ਤੁਸੀਂ ਮਿਕਸ ਆਪਣੀ ਸਟਾਲ ਤੇ ਰੱਖੀਆਂ ਹੋਈਆਂ। ਸਰ ਇਹਦੇ ਸਾਨੂੰ ਥੋੜੀ ਅਪਡੇਟ ਦਿਓ ਵੀ ਇਹ ਨਸਲ ਦੀ ਪਹਿਚਾਣ ਕਿਸ ਤਰ੍ਹਾਂ ਹੁੰਦੀ ਹੈ ਤੇ ਕਿੰਨਾ ਕੁ ਵੇਟ ਕਰ ਜਾਂਦੀ ਹੈ, ਕੀ ਇਹਦਾ ਰੇਟ ਚੱਲਦਾ? ਰੇਟ ਸਰ ਆਪਾਂ ਇਹਦਾ ਰੱਖਿਆ ਹੋਇਆ ਜੀ, ਮੈਂ ਪੂਰੇ ਦਿਨ ਦੀ ਹੈ ਜੀ, 21000 ਰੁਪਏ ਰੇਟ ਰੱਖਿਆ ਹੋਇਆ ਜੀ। ਜਿਹੜਾ ਰੇਟ ਨੇ ਆਪਣੇ ਉਹ ਨਹੀਂ ਹੈਗਾ ਵੀ ਮੰਗੀਏ 35-40 ਹਜ਼ਾਰ ਵੀ ਦੇਈਏ 20-21 ਦਾ। ਠੀਕ ਹੈ। 21000 ਰੁਪਏ ਮੰਗਿਆ ਤਾਂ 20000 ਦਾ ਦੇਵਾਂਗੇ, ਜ਼ਿਆਦਾ ਨਹੀਂ ਆਪਾਂ ਡਿਫਰੈਂਸ ਰੇਟ ਦਾ ਰੱਖਿਆ ਹੋਇਆ। ਓਕੇ। ਤੇ ਸਰ ਇਹਦਾ ਕੀ ਰੇਟ ਕਰ ਰਹੇ ਹੋ ਤੁਸੀਂ? ਜਿਹੜੀ ਇਹਦੀ ਨਾਲ ਵਾਲੀ ਬੱਕਰੀ ਖੜੀ ਹੈ ਇੱਕ? ਹਾਂਜੀ। ਇਹਦਾ 13000 ਰੁਪਏ ਜੀ। ਇਹਦਾ 13000? ਤੇ ਹੁਣ ਸਾਨੂੰ ਬੀਟਲ ਦੇ ਵਿੱਚ ਵੀ ਕੁਛ ਤੁਸੀਂ ਜਾਨਵਰ ਦਿਖਾਓ ਆਪਦੇ। ਸਾਰੇ ਬਿਜਲੀ ਆ ਗਏ ਜੀ। ਠੀਕ ਹੈ ਜੀ। ਇਹ ਬੱਕਰੀ ਦਾ ਸਾਨੂੰ ਦੱਸੋ ਜੀ ਆ ਕੀ ਰੇਟ ਹੈ ਇਹਦਾ? ਇਹ ਸਰ 1.5 ਕਿਲੀਟਰ ਦੁੱਧ ਦੇ ਕੋਲ ਹੈਗਾ ਜੀ, ਹੁਣ 2.5 ਮਹੀਨੇ ਦੀ ਗੱਭਣਾ ਜੀ। ਅੱਛਾ। 17000 ਰੁਪਏ ਰੇਟ ਕਰਦੇ ਹਾਂ। 17000 ਰੇਟ ਦੁਹਰਾਉਣਾ ਜੀ, ਰੇਟ ਆਪਣਾ ਬਿਲਕੁਲ ਜੈਨੂਅਨ ਹੈ ਜੀ, ਉਹ ਨਹੀਂ ਹੈਗਾ ਵੀ ਦੁੱਗਣਾ ਤਿੱਗਣਾ ਰੇਟ ਮੰਗ ਲਏ ਜੀ। ਓਕੇ। 17000 ਦੀ ਬੱਕਰੀ ਹੈ, 2 ਮਹੀਨੇ ਦੀ ਗੱਭਣਾ ਜੀ ਇਹ। ਮੰਨ ਲਓ ਸਰ ਕੁਛ ਬੱਕਰੀਆਂ ਦੇ ਜਿਵੇਂ ਅਸੀਂ ਉਹਦੇ ਦੇਖ ਰਹੇ ਹਾਂ ਉਹਦੇ ਸਿੰਗ ਨਹੀਂ ਹੈ, ਇਹਨਾਂ ਦੇ ਥੋੜੇ ਸਿੰਗ ਹੈਗੇ, ਕੀ ਨਸਲ ਦਾ ਕੋਈ ਡਿਫਰੈਂਸ ਆ ਜਾਂ ਕੁਦਰਤੀ ਹੈ ਜੀ? ਜਿਵੇਂ ਬੱਕਰੇ ਜਿਹੜੇ ਬੋਕ ਹੁੰਦੇ ਨੇ, ਕਈਆਂ ਦੇ ਬਿਨਾਂ ਸਿੰਗ ਵਾਲੇ ਹੁੰਦੇ ਨੇ, ਕਈ ਸਿੰਗ ਵਾਲੇ ਹੁੰਦੇ ਨੇ, ਉਹਦੇ ਮੁਤਾਬਕ ਹੀ ਬੱਚੇ ਕਈ ਬਿਨਾਂ ਸਿੰਗ ਵਾਲੇ ਹੁੰਦੇ ਨੇ, ਕਈ ਸਿੰਗ ਵਾਲੇ ਹੁੰਦੇ ਨੇ। ਤੇ ਸਰ ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਭੇਡਾਂ ਦਾ ਬਹੁਤ ਘੱਟ ਰਹਿ ਗਿਆ ਟ੍ਰੈਂਡ, ਤੁਸੀਂ ਕੁਛ ਭੇਡੂ ਵੀ ਅਸੀਂ ਦੇਖ ਰਹੇ ਹਾਂ ਵੀ ਤੁਸੀਂ ਲੈ ਕੇ ਆਏ ਹੋਗੇ, ਇਹਨਾਂ ਦਾ ਕੀ ਰੇਟ ਵੇਟ ਚੱਲ ਰਿਹਾ ਹੁਣ? ਇਹ ਸਰ ਹੈਗੇ ਨੇ 11-11 ਹਜ਼ਾਰ ਦੇ ਨੇ ਜੀ, ਇੱਕ ਮੇਲ ਹੈ ਜੀ, 2 ਫੀਮੇਲ ਨੇ। ਅੱਛਾ ਅੱਛਾ। 33 ਹਜ਼ਾਰ ਦੇ ਨੇ ਜੀ ਤਿੰਨੇ। ਸਰ ਜਿਹੜੇ ਇਹ ਨੇ ਇਹ ਵੀ ਕੋਈ ਮੀਟ ਪਰਪਸ ਦੇ ਲਈ ਸੇਲ ਹੁੰਦੇ ਆ? ਇਹ ਮੀਟ ਪਰਪਸ ਦੇ ਲਈ, ਜਿੱਦਾਂ ਉੱਨ ਵਗੈਰਾ ਤੇ ਇਹਦੀ ਵਿਕਣੋ ਹਟ ਗਈ ਜੀ, ਹੁਣ ਕੋਈ ਜ਼ਿਆਦਾ ਹੈ ਨਹੀਂ, ਮੀਟ ਵਾਸਤੇ ਵਿਕ ਰਹੇ ਨੇ ਜ਼ਿਆਦਾ ਜੀ। ਤੇ ਜ਼ਿਆਦਾ ਬੱਕਰੀ ਦਾ ਮੀਟ ਜ਼ਿਆਦਾ ਚੱਲ ਰਿਹਾ ਜਾਂ ਇਹਨਾਂ ਦਾ ਕਿਸੇ ਏਰੀਆ ਦੇ ਵਿੱਚ ਕੋਈ ਡਿਮਾਂਡ ਹੈ ਇਹਦੀ? ਬੱਕਰੇ ਦਾ ਜ਼ਿਆਦਾ ਚੱਲਦਾ, ਜਿੱਦਾਂ ਮੇਲ ਦਾ ਕਹਿੰਦੇ ਆਪਾਂ, ਬੱਕਰੇ ਦਾ ਸਾਰਿਆਂ ਨਾਲੋਂ ਜ਼ਿਆਦਾ ਚੱਲਦਾ ਜੀ, ਜਿੱਦਾਂ ਬੀਟਲ ਨਸਲ ਹੈਗੀ ਮੀਟ ਦੇ ਵਿੱਚ ਵੀ ਜ਼ਿਆਦਾ ਵਧੀਆ, ਦੁੱਧ ਵਾਸਤੇ ਵੀ ਵਧੀਆ ਜੀ, ਪੰਜਾਬ ਦੇ ਵਿੱਚ ਫੇਮਸ ਹੈ, ਬਾਹਰ ਵੀ ਜ਼ਿਆਦਾ ਡਿਮਾਂਡ ਦੀ ਹੈਗੀ ਜੀ। ਭੇਡੂ ਦੇ ਮੀਟ ਦਾ ਕੀ ਰੇਟ ਚੱਲ ਰਿਹਾ ਹੁਣ ਜੇ ਆਪਾਂ ਗੱਲ ਕਰੀਏ ਤਾਂ? ਕੁਛ ਭੇਡੂ ਵੀ 3-3.5 ਸੌ ਦੇ ਰੇਟ ਚੱਲਦਾ ਜੀ, ਜਿਹੜਾ ਬੱਕਰੇ ਦਾ ਹੈਗਾ 400 ਦਾ ਰੇਟ ਚੱਲਦਾ ਜੀ।
ਅਸੀਂ ਹੁਣ ਦੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਵੀ ਕਾਫੀ ਸਾਰੇ ਜਿਹੜੇ ਗੋਟ ਫਾਰਮ ਹੈ ਉਹ ਫੇਲ ਵੀ ਹੋ ਰਹੇ ਹੈਗੇ। ਤੁਸੀਂ ਕੀ ਕਾਰਨ ਮੰਨਦੇ ਹੋ ਵੀ ਜਿਹੜਾ ਬੱਕਰੀ ਪਾਲਣ ਦਾ ਧੰਦਾ ਫੇਲ ਹੋਣ ਦਾ ਜਾਂ ਗੋਟ ਫਾਰਮ ਫੇਲ ਹੋਣ ਦਾ ਕਾਰਨ ਕੀ ਹੈਗਾ? ਉਹਨੂੰ ਸਰ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਕਈ ਮੇਰੇ ਕੋਲ ਫਾਰਮ 'ਤੇ ਵੀ ਆਉਂਦੇ ਨੇ, ਭੰਗੂ ਗੋਟ ਫਾਰਮ ਦੇ ਨਾਂ 'ਤੇ ਆਪਣਾ ਹੈਗਾ ਫਾਰਮ ਜੀ, ਅਤੇ ਮੇਮਣੇ ਲੈਣ ਵਾਸਤੇ ਆ ਜਾਂਦੇ ਜਿੱਦਾਂ ਕੋਈ ਮਹੀਨੇ ਦਾ ਕਹਿੰਦੇ ਆ, ਕੋਈ 20 ਦਿਨਾਂ ਦਾ ਲੈ ਵੀ ਜਾਂਦੇ ਧੱਕੇ ਨਾਲ। ਸਾਡੀ ਜਿੰਨੀ ਕੁ ਆਪਾਂ ਨੂੰ ਨੌਲੇਜ ਪਰਮਾਤਮਾ ਨੇ ਬਖਸ਼ੀ ਹੈ ਉਹਦੇ ਮੁਤਾਬਕ ਕਹਿੰਦੇ ਹਾਂ ਵੀ ਜਿਹੜੇ ਬੱਚੇ ਨੇ ਬੱਚਿਆਂ ਦੇ ਮਗਰ ਨਾ ਪਓ, ਪਹਿਲਾਂ ਗੱਭਣ ਬੱਕਰੀ ਸੂਣ ਵਾਲੀ ਜਾਂ ਤਾਂ 10-20 ਦਿਨਾਂ 'ਚ ਸੂਣ ਵਾਲੀ ਹੋਵੇ, ਜਾਂ ਸੂਈ ਹੋਵੇ, ਦੋ ਬੱਚੇ ਉਹਦੇ ਪਿੱਛੇ ਹੋਣ, ਉੱਥੋਂ ਕੰਮ ਸਟਾਰਟ ਕਰਿਆ ਜਾਵੇ, ਨਾ ਕਿ ਛੋਟੇ ਛੋਟੇ ਬੱਚਿਆਂ ਤੋਂ ਜਦੋਂ ਨੂੰ ਉਹਨੂੰ ਪਾਲ ਪਲੋਸ ਕੇ ਵੱਡਾ ਕਰਦੇ ਨੇ ਉਦੋਂ ਅੱਕ ਜਾਂਦੇ ਨੇ ਅਤੇ ਛੱਡ ਜਾਂਦੇ ਨੇ। ਜ਼ਿਆਦਾਤਰ ਫੇਲ ਹੋਣ ਦਾ ਕਾਰਨ ਮੇਨ ਇਹ ਹੈ ਜੀ, ਬੱਚੇ ਖਰੀਦਣਾ ਜ਼ਿਆਦਾਤਰ ਤੁਸੀਂ ਫੇਲ ਹੋਣ ਦਾ ਇੱਕ ਕਾਰਨ ਮੰਨਦੇ ਹੋ। ਤੇ ਸਰ ਮੰਡੀਆਂ ਦੇ ਵਿੱਚ ਆਪਾਂ ਆਉਣੇ ਹੈਗੇ ਤੇ ਦੇਖਦੇ ਹਾਂ, ਤੇ ਜ਼ਿਆਦਾ ਸੇਲ ਹੈ ਜਿਹੜੀ ਉਹ ਕਿਹੋ ਜਿਹੇ ਜਾਨਵਰਾਂ ਦੀ ਹੋ ਰਹੀ ਹੈਗੀ ਹੁਣ? ਜ਼ਿਆਦਾ ਸੇਲ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੱਭਣ ਬੱਕਰੀਆਂ ਜਾਂ ਤਾਂ ਜੀ, ਜਾਂ ਸੂਈਆਂ ਹੋਈਆਂ ਬੱਕਰੀਆਂ, ਉਹਦੇ 'ਚ ਫਾਰਮਰ ਨੂੰ ਲੈਣ ਦਾ ਫਾਇਦਾ ਇਹ ਹੁੰਦਾ ਜਿਵੇਂ ਬੱਕਰਾ ਕੋਈ 6 ਮਹੀਨਿਆਂ ਦਾ ਜਾਂ ਪੱਠ ਲੈਣੀ ਹੈ, ਉਹ 10-11 ਹਜ਼ਾਰ ਤੋਂ ਘੱਟ ਮਿਲਦੀ ਨਹੀਂ ਜੀ। ਬੱਕਰੀ 15,000, 20,000, 18,000 ਦੀ ਮਿਲ ਜਾਂਦੀ ਹੈ, ਉਹਦੇ ਪਿੱਛੇ ਦੋ ਬੱਚੇ ਵੀ ਹੁੰਦੇ ਨੇ ਤੇ ਦੁੱਧ ਵੀ ਹੋ ਜਾਂਦਾ, ਸਾਰਾ ਕੁਛ ਉਹਦੇ ਵਿੱਚ ਆ ਜਾਂਦਾ। ਦੇਖ ਰਹੇ ਹਾਂ ਕਾਫੀ ਸਾਰੇ ਗਾਹਕ ਵੀ ਤੁਹਾਡੇ ਜਾਨਵਰਾਂ ਦੇ ਜਿਹੜੇ ਇਸ ਟਾਈਮ ਲੱਗ ਰਹੇ ਹੈਗੇ। ਸਰ ਜਿਹੜੇ ਜਾਨਵਰ ਤੁਸੀਂ ਵੇਚੇ ਸੀ ਸਾਨੂੰ ਥੋੜਾ ਜਿਹਾ ਉਹ ਇੱਕ ਐਸਟੀਮੇਟ ਜਿਹਾ ਦਿਓ ਵੀ ਇਹ ਜਿਹਾ ਜਾਨਵਰ ਅਸੀਂ ਇੰਨੇ ਕੁ ਪੈਸਿਆਂ ਦਾ ਜਿਹੜਾ ਸੇਲ ਕੀਤਾ ਹੈਗਾ। ਹਾਂਜੀ ਹਾਂਜੀ, ਜਿੱਦਾਂ ਆਹੀ ਚੀਜ਼ ਆ ਜੀ, ਬਸ ਆਹ ਜਿਵੇਂ ਬੱਕਰੇ ਹੈਗੇ ਜੀ ਜੀ, ਇਹ 5-5.5-6 ਹਜ਼ਾਰ ਦੀ ਰੇਂਜ 'ਚ ਵੇਚੇ ਨੇ ਜੀ ਇਹ। ਠੀਕ ਹੈ ਜੀ, ਤੇ ਬੱਕਰੀ ਕੋਈ ਦਿਖਾਓ ਸਾਨੂੰ। ਬੱਕਰੀ ਜਿਵੇਂ ਆਹ ਹੈਗੀ ਜੀ, ਇਹ ਤਾਂ ਥੋੜੀ ਜੀ ਨਰਮ ਸੀ ਬੱਕਰੀ, 14,000 ਦੀ ਵੇਚੀ ਹੈ ਜੀ ਉਹ। ਗੱਭਣ ਸੀ? ਹਾਂਜੀ ਹਾਂਜੀ, 2 ਮਹੀਨੇ ਗੱਭਣ ਸੀ ਜੀ। ਸਰ ਕੋਈ ਉਮਰ ਵੀ ਜ਼ਿਆਦਾ ਜਿਹੜੀ ਮਾਰਕੀਟ ਦੇ ਵਿੱਚ ਉਹ ਮੈਟਰ ਕਰਦੀ ਹੈਗੀ ਵੀ ਕਿਹੜੀ ਉਮਰ ਦਾ ਜਾਨਵਰ ਆ ਜਿਹੜਾ ਉਹ ਜ਼ਿਆਦਾ ਗਾਹਕ ਉਹਨੂੰ ਲੈ ਕੇ ਜਿਹੜਾ ਲੈਣਾ ਪਸੰਦ ਕਰਦੇ ਆ? ਸਰ ਜਿੱਦਾਂ 2 ਦੰਦ ਹੁੰਦੀ ਹੈ ਜੀ, 1-1.5 ਸਾਲ ਦੀ, 2 ਸਾਲ ਦੀ, 1.5 ਸਾਲ ਦੀ, ਸਾਲ ਤੋਂ ਲੈ ਕੇ 2.5 ਸਾਲ ਤੱਕ ਗਾਹਕ ਜਿਹੜਾ ਜ਼ਿਆਦਾ ਪਸੰਦ ਕਰਦਾ। ਜਿੱਦਾਂ ਉਦੋਂ ਵੱਡੀਆਂ ਬੱਕਰੀਆਂ ਹੋ ਜਾਂਦੀਆਂ, ਦੰਦ ਉਹਨਾਂ ਦੇ ਨਿਕਲ ਜਾਂਦੇ ਆ, ਉਹ ਨਹੀਂ ਪਸੰਦ ਕਰਦੇ। ਠੀਕ ਹੈ ਜੀ, ਹਾਂਜੀ, ਧੰਨਵਾਦ ਜੀ।